ਕਿੱਦਾਂ ਬਾਬਰ ਕਿੱਥੇ ਲੰਘਾ। ਔਰ ਰੋਣਾ ਇਹ ਹੀ ਆ ਤੇ ਮੈਂਬਰ ਸੰਭਾਲੇ ਆ, ਯਾਨੀ ਡਰਾਈਵਿੰਗ ਸੀਟ 'ਤੇ ਬੈਠੇ ਆ। ਦੁਨੀਆ ਆਉਂਦੀ ਬਿਨਾਂ ਦੀਨ ਸਿੱਖੋ, ਪਤਾ ਇਹ ਵੀ ਨਹੀਂ ਵੀ ਇਹ ਮੌਜੂ ਆ, ਜ਼ਈਫ ਆ, ਕੀ ਦਰਦਾ ਸੁਣਾਈ ਚਲੇ ਜਾਣ। ਯਾਨੀ ਅੰਨੇ ਡਰਾਈਵਰ ਆ ਜਿਹੜੇ ਲੋਕਾਂ ਨੂੰ ਖਾਡੇ ਸਿੱਟੀ ਜਾਂਦੇ, ਲੋਕ ਆਲਮ ਸਮਝ ਕੇ ਉਹਨਾਂ ਦੀਆਂ ਮਹਿਲਸਾਂ ਜਾਂਦੇ, ਜ਼ਾਲਮ ਜਿਹੜੇ ਉਹਨਾਂ ਨੂੰ ਜਹਨਮ ਵੱਲ ਕਹੀ ਜਾਂਦੇ। ਪਰ ਜੇ ਇੰਨੇ ਜੋਗੇ ਨਹੀਂ ਤੁਸੀਂ ਬਿਨਾਂ ਸ਼ਾਇਆਂ ਨੂੰ ਪਰਖ ਸਕੋ, ਕਿਹਨੇ ਆਖਿਆ ਕਿ ਤੁਸੀਂ ਖਤੀਬ ਬਣ ਕੇ ਬਹਿ ਜਾਓ? ਇਹ ਛੋਟੀ ਜਿਹੀ ਗੱਲ ਹੈ। ਚਾਰ ਜਿਲਦਾਂ ਹੈ ਮਾਂ ਬਿਨ ਕਈ ਰਹਿਮਤੁੱਲਾ ਅਲੈਹ ਦੀਆਂ, ਇਲਾਮ ਵਕੀਨ ਅਨ ਰੱਬ ਅਲਆਲਮੀਨ, ਕਿ ਜਿਹੜਾ ਆਵਾਜ਼ ਕਰਦਾ ਜਾਂ ਮੈਂਬਰ 'ਚ ਬਹਿੰਦਾ ਉਹ ਮੁਵੱਕੇ ਅਨ ਰੱਬ ਅਲਆਲਮੀਨ। ਤੌਕੀ ਅਰਬੀ ਜ਼ਬਾਨ ਦਾ ਸ਼ਾਹੀ ਫਰਮਾਨ ਨੂੰ ਇਹ ਆਉਂਦਾ ਨਾ, ਪ੍ਰੈਜੀਡੈਂਟ ਦਾ ਜਾਂ ਸਦਰ ਦਾ ਕੋਈ ਖਿਤਾਬ ਤੋਂ ਪਾਰਲੀਮੈਂਟ ਨੂੰ ਭੇਜ ਦਿੰਦਾ, ਉੱਥੇ ਪੜ੍ਹਿਆ ਜਾਂਦਾ, ਤੌਕੀ ਆਉਂਦੇ ਹੁਣ ਸ਼ਾਹੀ ਫਰਮਾਨ। ਇਹ ਅੱਲਾਹ ਦਾ ਫਰਮਾਨ ਆ ਕੁਰਾਨ ਓ ਹਦੀਸ, ਔਰ ਜਿਹੜੇ ਸੁਣਾਉਂਦੇ ਮੁਵੱਕੇ, ਆਉਂਦਾ ਕਿ ਤੁਸੀਂ ਸਦਰ ਦੇ ਮੌਕੇ ਨਹੀਂ, ਤੁਸੀਂ ਰੱਬੁਲ ਆਲਮੀਨ ਦੇ ਮੌਕੇ, ਤੁਸੀਂ ਤੌਕੀ ਪੜ੍ਹ ਰਹੇ ਜੇ ਕਿ ਅੱਲਾਹ ਕਹਿ ਰਿਹਾ ਉਹਦਾ ਰਸੂਲ ਕਹਿ ਰਿਹਾ। ਔਰ ਅਗਰ ਇਹ ਝੂਠ ਆ ਚਾਰ ਜਿਲਦਾਂ 'ਤੇ, ਖਬਰਦਾਰ ਹੋ ਜਾਓ, ਦੂਜੇ ਜਾਣ ਨਾ ਜਾਣ ਤੁਹਾਡਾ ਠਿਕਾਣਾ ਦੋਜ਼ਖ। ਅੱਲਾਹ ਨੋਟ ਕਰ ਰਿਹਾ, ਮੈਂ ਮੈਂਬਰ 'ਤੇ ਬਹਿ ਕੇ ਤੂੰ ਮੇਰਾ ਨਾਂ ਝੂਠ ਬੋਲਦਾ? ਕਦੋਂ ਮੈਂ ਗੱਲ ਕਹੀ ਯਾਰ ਮੇਰੇ ਰਸੂਲ ਨੇ ਕਹੀ ਹੈ, ਤੂੰ ਇਹ ਬਕਵਾਸ ਕਰਦਾ।